ਭਾਰਤ ਨੇ ਪਾਕਿਸਤਾਨ ਨੂੰ ਕਿਹਾ ਕਿ ਘਟ ਗਿਨਤੀ ਗੁੱਟਾਂ ਤੇ ਅਤਿਆਚਾਰ ਦੇ ਦੋਸ਼ੀਆਂ ਨੂੰ ਤੇਜ਼ੀ ਨਾਲ ਕਾਨੂੰਨ ਦੇ ਕਟਾਰੇ ਵਿੱਚ ਲਿਆਉਣ ਲਈ ਉਪਾਅ ਕੀਤੇ ਜਾਣ ਲੋਕ ਸਭਾ ਵਿੱਚ ਅੱਜ ਇੱਕ ਲਿਖਤ ਜਵਾਬ ਵਿੱਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀ ਧਾਨ ਨੇ ਕਿਹਾ ਕਿ ਅਜਈਆਂ ਖਬਰਾਂ ਮਿਲੀਆਂ ਨੇ ਕਿ ਪਾਕਿਸਤਾਨ ਵਿੱਚ ਘਟ ਗਿਨਤੀ ਭਾਈਚਾਰੇ ਨਾਲ ਸੰਬੰਧਿਤ ਧਾਰਮਿਕ ਤੇ ਪੂਜਾ ਦੀਆਂ ਥਾਵਾਂ ਤੇ ਤੋੜਫੋੜ ਕੀਤੀ ਗਈ ਅਤੇ ਉਹਨਾਂ ਨੂੰ ਅਪਵਿੱਤਰ ਕੀਤਾ ਗਿਆ। ਸਿੰਧ ਵਿੱਚ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਗੁਰੂ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ, ਮੀਰਪੁਰ ਮਾਥੇਲੋ ਵਿੱਚ ਸ਼ਿਵ ਮੰਦਰ ਅਤੇ ਕਰਾਚੀ ਵਿੱਚ ਸ਼੍ਰੀ ਮਾਤਾ ਮੰਦਰ ਤੇ ਸਿੰਧ ਵਿੱਚ ਸੰਤ ਬਾਬਾ ਜੈਰਾਮਦਾਸ ਸਮਾਦ ਆਸ਼ਰਮ ਤੋਂ ਸੋਨੇ ਦੀ ਬੁੱਤ ਦੀ ਚੋਰੀ ਇਹਨਾਂ ਵਿੱਚ ਸ਼ਾਮਿਲ ਹੈ। ਵੀ ਮੁਰਲੀਧਰ ਨੇ ਦੱਸਿਆ ਕਿ ਭਾਰਤ ਨੇ ਸਾਲ 2014 ਤੋਂ 2700 ਤੋਂ ਵੱਧ ਭਾਰਤੀ ਕੈਦੀਆਂ ਨੂੰ ਪਾਕਿਸਤਾਨ ਦੀਆਂ ਜੇਲਾਂ ਤੋਂ ਰਿਹਾ ਕਰਵਾਇਆ ਹੈ ਅਤੇ ਉਹਨਾਂ ਨੂੰ ਵਾਪਸ ਵਤਨ ਲਿਆਂਦਾ ਗਿਆ। ਉਨਾਂ ਕਹਿ ਕੀ ਪਾਕਿਸਤਾਨ ਦੀ ਹਿਰਾਸਤ ਵਿੱਚ ਹੋਰ ਭਾਰਤੀਆਂ ਤੱਕ ਛੇਤੀ ਡਿਪਲੋਮੈਟਿਕ ਪਹੁੰਚ ਅਤੇ ਉਹਨਾਂ ਦੀ ਰਿਹਾਈ ਤੇ ਘਰ ਵਾਪਸੀ ਲਈ ਵੀ ਕਿਹਾ ਗਿਆ ਹੈ